ਬਿਸਮਿਲ੍ਲਾਹਿ ਰਹਿਮਾਨੁ ਰਹੀਮ, ਅਸਲਾਮੁ ਅਲੈਕੁਮ, ਵੈਲਕਮ ਟੂ ਨਿਊ ਵਲੌਗ। ਮੈਂ ਜਵਾਦ ਅਲੀ, ਤੁਸੀਂ ਵੇਖ ਰਹੇ ਹੋ ਮੇਰੇ ਚੈਨਲ ਪੰਜਾਬੀ ਮੁੰਡਾ। ਉਮੀਦ ਕਰਨਾ ਸਾਰੇ ਭਰਾ ਠੀਕ ਠਾਕ ਹੋਸੋ, ਖੈਰ ਖਰੀਦ ਨਾਲ ਹੋਸੋ। ਅੱਛਾ, ਅੱਜ ਲਾਉਣ ਲੱਗਿਆ ਜਿੰਨਾ ਉਹ ਵੀ ਮਿਰਚਾਂ ਗੋਡੀ, ਉਹਨਾਂ ਨਾਲ ਖਾਦ ਵੀ ਮਾਰਨੇ ਆ, ਨਾਲ ਉਹਨਾਂ ਪਾਣੀ ਵੀ ਲਾਉਂਦੇ ਹਾਂ, ਅਤੇ ਫਿਲਹਾਲ ਕਰਾਂ ਕੱਪੜੇ ਚੇਂਜ, ਅਤੇ ਉਸ ਤੋਂ ਬਾਅਦ ਲਾਉਂਦੇ ਹਾਂ ਪਾਣੀ। ਅਤੇ ਐਂ ਹੋ ਗਏ ਜੀ ਕੱਪੜੇ ਚੇਂਜ, ਅਤੇ ਹੁਣ ਲਾਉਂਦੇ ਹਾਂ ਮੋਟਰ, ਅਤੇ ਫਿਰ ਸ਼ੁਰੂ ਕਰਨੇ ਹਾਂ ਪਾਣੀ ਲਾਉਣਾ। ਅੱਛਾ ਜੀ, ਪਾਣੀ ਚਲਾ ਦਿੱਤਾ, ਪਾਣੀ ਚੱਲ ਪਿਆ, ਅਤੇ ਖਾਦ ਪਾ ਦਿੱਤੀ, ਖਾਦ ਅੱਗੇ ਤਾਂ ਕਾਹੀ ਨਹੀਂ ਯਾਦ ਨਹੀਂ ਰਿਹਾ, ਅਤੇ ਖਾਦ ਹੁਣ ਡਰਮੇ 'ਚ ਪੈ ਕੇ ਡਰਮੇ 'ਚ ਪਹਿਲੇ ਪਾਉਂਦੇ ਹਾਂ ਪਾਣੀ। ਉਹ ਪ੍ਰੋਗਰਾਮ ਤੋਂ ਵੱਧ ਗਿਆ, ਨਹੀਂ ਪ੍ਰੋਗਰਾਮ ਕਰਕੇ ਐਂ ਜੀ ਪਾਣੀ ਚੱਲ ਗਿਆ, ਖਾਦ ਵੀ ਚੱਲ ਗਈ, ਅੰਦਰ ਡਰਮੇ 'ਚ ਖਾਦ ਪੂਰੀ ਭਰੀ ਪਈ, ਇਹ ਨਾਲ ਨਾਲ ਹੁਣ ਚੱਲ ਨਹੀਂ ਰਿਹਾ ਸੀ ਖਾਦ ਵੀ ਪਾਣੀ ਵੀ। ਅਤੇ ਮੈਂ ਅੱਗੇ ਜਦੋਂ ਲਾਵਾਂਗੇ ਲਾਉਣਾ ਪਾਣੀ ਸ਼ੁਰੂ ਕਰਨਾ, ਮੌਸਮ ਵੀ ਅੱਗੇ ਆਵੇ, ਲੇਕਿਨ ਮੈਂ ਆਪ ਵੀ ਲਾਉਣਾ ਪਾਣੀ। ਮੌਸਮ ਦਾ ਇਹਨੂੰ ਸਫਾਈ ਵੀ ਕਰਨਾ, ਕਿਉਂ ਥੋੜ੍ਹੇ ਨਾਲਾ ਜਿਹੜੇ ਆ ਪਾਣੀ ਵਾਲੇ ਉਹ ਤਰੁੱਟ ਗਏ ਆ, ਅਤੇ ਉਹ ਹਲ ਵਾਏ ਨੇ ਇਸ ਵਜ੍ਹਾ ਤੋਂ, ਉਸ ਨਾਲ ਕਰਨਾ ਵੀ ਸੈੱਟ। ਅਤੇ ਮੈਂ ਅੱਗੇ ਪਹੁੰਚਣਾ ਵਾਂ ਕਿ ਦੁਆ ਕਰਨਾ ਪਾਣੀ ਲਾਉਣਾ, ਮੈਂ ਅੱਗੇ ਵਾਂ ਪਾਣੀ ਲਾਉਣਾ ਫਿਰ। ਉਹ ਜੀ ਸਾਹਮਣੇ ਲੈ ਗਏ ਪਨ ਗੋਡੀ ਵਾਲੇ, ਇੱਧਰ ਪਾਣੀ ਸਭ ਲਾ ਦਿੱਤਾ, ਇਹ ਜਗ੍ਹਾ ਨਵੀਂ ਬਣਾਈ ਵੇ, ਇੱਥੇ ਮਿਰਚਾਂ ਲੱਗ ਸਨ, ਇੱਧਰ ਵੀ ਜਿੱਥੇ ਪਿਆਜ਼ ਹੈ ਪਹਿਲੇ, ਅਤੇ ਨਾਲ ਹੀ ਪਰਿੰਦੇ ਆ ਗਏ ਨਾਵਣੇ ਦਵਾਉਣੇ ਆ, ਹੁਣ ਪਰਿੰਦੇ ਆਪਣਾ ਨਾਸੁਣ ਵਗੈਰਾ ਸਾਰਾ ਕੁਛ ਕਰਨ, ਉਹ ਪਾਰ ਵੀ ਆ ਗਏ, ਇੱਥੇ ਵੀ ਆ ਗਏ, ਗਰਮੀ ਨਾ ਬਹੁ, ਨਾਸੁਣ ਵੀ ਨਾਸੁਣ ਵੀ ਅਤੇ ਦੁਗਬ ਕਰ ਸੁਣ, ਆਪਣੇ ਖਾਣ ਪੀਣ ਵੀ ਚੁਣ ਸੁਣ, ਜਿਹੜਾ ਕੋਈ ਕੀੜਾ ਮਕੌੜਾ ਹੋਇਆ ਸਾਰਾ ਚੁਣ ਖੜ ਸੁਣ। ਬਾਕੀ ਉਹ ਗੋਡੀ ਲੱਗੇ ਪਨ, ਅਤੇ ਅੱਜ ਦਾ ਟੈਂਪਰੇਚਰ ਜਿਹੜਾ ਬਹੁਤ ਤੇਜ਼ ਹੀ ਗਿਆ, 47 ਡਿਗਰੀ ਸੈਂਟੀਗ੍ਰੇਡ ਹੈ, ਅਤੇ 51 ਤੱਕ ਵਹਿਣੇ ਦਾ ਚਾਂਸ ਹੈ, ਵੀ ਅੱਲਾ ਕਰੇ ਨਾ ਹੀ ਵਜੇ ਬਾਰਿਸ਼ ਆ ਵਜੇ ਦੇਖਣਾ। ਅੱਛਾ ਜੀ, ਮਗਰ ਤੋਂ ਬਾਅਦ ਟਾਈਮ ਹੋ ਗਿਆ ਵੇ, ਅਤੇ ਪਾਣੀ ਅਜੇ ਤੱਕ ਲਾਉਣਾ, ਵਾਧੀ ਪੱਖੀ ਲਾ ਰਿਹਾ ਪਾਣੀ, ਅਤੇ ਇਸ ਵਾਰੀ ਪਾਣੀ ਥੋੜ੍ਹਾ ਜਿਹਾ ਆਸਤੇ ਆਸਤੇ ਲੱਗ ਸੀ, ਕਿਉਂ ਗੋਡੀ ਹੋਈ ਵੀ ਠੀਕ, ਇਹ ਕਿਸਾਨ ਲਾਉਣਾ ਜੇ ਗੋਡੀ ਕੋਈ ਨਹੀਂ ਹੋਈ ਵੀ, ਇਹ ਕਿਸਾਨ ਲਾਉਣਾ ਦੇ ਕਿਸ ਤੋਂ ਅੱਗੇ ਜਿਹੜੀ ਪੱਖੀ ਉਹ ਪਾਰ, ਇਹਨਾਂ ਤਰਿਆਂ ਪੱਖੀਆਂ 'ਚ ਪਾਣੀ ਲਾਉਣਾ ਵੇ, ਮੈਂ ਲੱਕੀ ਦੋਵੇਂ ਲਾਸਾਂ ਪਾਣੀ, ਮੌਸਮ ਨੇ ਰੋਟੀ ਆਉਣ ਸੀ, ਅਤੇ ਮੈਂ ਫਿਲਹਾਲ ਲਾਉਣਾ ਪਾ ਲੱਕੀ, ਜਿਹੜਾ ਉਹ ਜਨਵਰਨ ਕਰਨਾ ਪਿਆ, ਹੁਣ ਉਸਨੇ ਮੁੱਕ ਕੇ ਵੇ, ਹੁਣ ਉਹ ਰਾਣਾ ਵੇ, ਉਹ ਵੀ ਲਾਸੀ ਮੈਂ ਵੀ ਲਾਸਾ, ਇਸ ਪੱਖੀ ਮੈਂ ਲਾਉਣਾ ਗੀ, ਲੱਕੀ ਲਾਉਣਾ ਬਾਅਦ ਪਿੱਛੀਆਂ ਦੁਆ ਲਾਵਾਂ, ਅਤੇ ਵੇਖਣੇ ਕਿੰਨੀ ਦੇਰ ਪਾਣੀ ਲੱਗਣਾ, ਸ਼ਾਇਦ ਅੱਜ ਰਾਤ ਨੂੰ 11-12 ਜਾਂ 1 ਵੀ ਹੋਵਾਂਗੇ, ਅਤੇ ਲਾਉਂਦੇ ਹਾਂ ਪਾਣੀ, ਥੱਕਣੇ ਹਾਂ ਬਾਅਦ, ਮੋਟਰ ਨਾਲ ਥੱਕੀ ਅਸੀਂ ਨਾ ਥੱਕਣੇ ਅੱਜ, ਅਤੇ ਅੱਜ ਕਰਨੇ ਹਾਂ ਅਸਾਂ ਕਲੀਅਰ ਪਾਣੀ। ਅੱਛਾ ਜੀ, ਇੱਕ ਹੀ ਪੱਖੀ ਪਾਣੀ ਲਾ ਰਹੇ ਹਾਂ, ਅਤੇ ਹਨੇਰਾ ਫੁੱਲ ਪੈ ਗਿਆ, ਅਤੇ ਮੈਂ ਆਇਆ ਖਾਦ ਗਹਿਣੇ, ਕਿਉਂਕਿ ਡਰਮੇ 'ਚ ਮੁੱਕ ਗਈ ਖਾਦ, ਇਹ ਦੋ ਕਿਸਮ ਦੀ ਖਾਦ, ਇੱਕ ਸਰ ਸਬਜ਼ੀ, ਇੱਕ ਸੋਨਾ DAP ਵੇ, ਚੈੱਕ ਕਰੋ ਰੰਗ ਵੀ ਸੋਨੇ ਵਾਲਾ, ਇਹਨਾਂ ਨੇ ਪੂਰੀ ਭਰਨੇ ਬਾਟੀ, ਅੱਧੀ ਇਹ ਪਾਉਣੀ, ਅੱਧੀ ਇਹ ਪਾਉਣੀ, ਪੂਰੀ ਬਾਟੀ ਡਰਮੇ 'ਚ ਪਾਉਣੀ, ਇਹ ਲਾਉਣੀ ਦੋਈ ਪੱਖੀਆਂ, ਉਹ ਸਾਨੂੰ ਲੱਕੀ ਲਾਉਣਾ ਪਾ ਪਾਣੀ, ਮੈਂ ਹੀ ਭਰਨਾ ਵਾ ਖਾਦ, ਵਾਈ ਸਿੱਧਾ ਸੱਟਣਾ ਵਾ ਡਰਮੇ 'ਚ, ਅਤੇ ਫਿਰ ਵਹਿਨੇ ਆ ਜਿੱਥੇ ਲੱਕੀ ਲਾਉਣਾ ਪਾ ਪਾਣੀ। ਅੱਛਾ ਜੀ, ਖਾਦ ਪਾ ਰਿਹਾ ਵਾਂ ਡਰਮੇ, ਤੁਸੀਂ ਖਾਦ ਚੈੱਕ ਕਰਾਵਾਂ, ਚੈੱਕ ਕਰੋ ਖਾਦ, ਓਏ ਹੋਏ ਹੋਏ ਮਜ਼ੇ ਨਹੀਂ, ਤੁਸੀਂ ਬਰਾਉ ਇੱਕ ਗਲਾਸ ਮਾਰਨਾ ਹੋਵੇ ਇਸ ਖਾਦ ਨਾਲ, ਬਹੁਤ ਹੀ ਤੰਦਰੁਸਤ ਸੀ ਬੰਦਾ, ਅਤੇ ਇੱਕ ਅੱਧ ਗਲਾਸ ਮਾਰ ਗਏ ਨੇ ਇਸ ਨਾਲ, ਚੈੱਕ ਕਰੋ ਕਲਰ, ਸੋਨੇ ਵਾਲਾ ਕਲਰ ਨਿਕਲਿਆ, ਅਤੇ ਮੈਂ ਕਿਹਦੀ ਬਣਾ ਲੱਕੀ ਮਾਰੇ ਪਾਣੀ, ਲੱਗੀ ਮੈਂ ਪਵਾਉਂਦੇ ਹਾਂ ਪਾਣੀ। ਅੱਛਾ ਜੀ, ਰਾਤ ਨੂੰ ਲਾਇਆ ਪਾਣੀ ਦੋ ਪੱਖੀਆਂ, ਅਤੇ ਰਾਤ ਨੇ ਵੱਜ ਗਿਆ 12, ਅਤੇ ਮੋਬਾਈਲ ਦੀ ਬੈਟਰੀ ਵੀ ਹੋ ਗਈ ਖਤਮ, ਅਤੇ ਨਾਲ ਹੀ ਪਾਣੀ ਵੀ ਨਹੀਂ ਲੱਗ ਕਿਉਂਕਿ ਆਪਣੀ ਬੈਟਰੀ ਖਤਮ ਹੋ ਗਈ ਹੈ, ਅਤੇ
ਹੁਣ ਪਾਣੀ ਫਿਰ ਚਲਾ ਦਿੱਤਾ, ਸੁਬਹ ਸੁਬਹ ਟਾਈਮ ਹੈ, ਸੂਰਜ ਪਰ ਨਿਕਲਣਾ ਵੇ, ਅਤੇ ਹੁਣ ਮੋਟਰ ਚਲਾਈ ਵੇ, ਇਸ ਪੱਖੀ ਲਾਉਣਾ ਮੈਂ ਪਾਣੀ, ਅਤੇ ਇਸ ਪੱਖੀ ਲਾਉਣੇ ਪਾਣੀ ਤਾਂ ਕਿ ਇਸ ਨਿੱਕਾ ਗੋਡੀ ਹੋਵਾਂਗੇ, ਅਤੇ ਹੁਣ ਪਾਣੀ ਪਾਉਣਾ ਵੇ, ਇਸ ਕੈਰੇ ਬੰਦ ਕਰਨੇ ਕਿਉਂਕਿ ਸਾਨੂੰ ਕੱਲ੍ਹ ਲੱਗ ਗਿਆ ਪਾਣੀ, ਅਤੇ ਇਹ ਸਾਨੂੰ ਲਾਉਂਦੇ ਹਾਂ, ਉਸ ਤੋਂ ਬਾਅਦ ਕਰਨੇ ਬਾਅਦ ਵੀ ਲਾਓ ਕਹਿਣ, ਮੈਂ ਕਿਹਾ ਕਰ ਰਾਤੀ ਕਰ ਸਕਦਾ, ਫਿਰ ਮੈਂ ਕਿਹਾ ਨਹੀਂ, ਇੱਕ ਵਾਰ ਪੱਖਿਆਂ ਪਾਣੀ ਲਾ ਕੇ ਤਰੀ ਹਾਂ ਤਾਂ ਐਂਡ ਕਰਨੇ ਸੁਬਹਾ ਸੁਬਹਾ, ਅਤੇ ਹੁਣ ਪਹਿਲੇ ਲਾਵਾਂ ਪਾਣੀ ਅਤੇ ਉਸ ਤੋਂ ਬਾਅਦ ਕਰਨੇ ਵੀ ਲਾਓ ਕਹਿਣ, ਨਾਲ ਹੀ ਆਈ ਵੇਖਣੇ ਬਾਅਦ, ਅਤੇ ਟੀਰੀ ਨੇ ਬੱਚੇ ਨਿਕਲੇ ਨਾ ਜੇ ਕਿ ਕੋਈ ਨਹੀਂ, ਉਸ ਦਿਨ ਵੀ ਥੋੜ੍ਹੇ ਥੋੜ੍ਹੇ ਸ਼ੈਲ ਤੋਂ ਲੱਥੇ ਪਏ ਛਿਲ ਗਏ। ਅੱਛਾ ਜੀ, 2 ਘੰਟੇ ਹੋ ਗਏ ਪਾਣੀ ਪਾ ਲਾਉਂਦੇ ਹੋ, ਅਤੇ ਹੁਣ ਤਾਂ ਸੂਰਜ ਵੀ ਠੀਕ ਠਾਕ ਨਿਕਲ ਆਇਆ, ਤਕਰੀਬਨ 7:20 ਹੋ ਗਏ, ਅਤੇ 5 ਵਜੇ ਪਾਣੀ ਲਾਉਣਾ ਸ਼ੁਰੂ ਕੀਤਾ, ਅਤੇ ਹੁਣ ਤਾਂ ਪਾਣੀ ਬਸ ਤਕਰੀਬਨ 1, 2, 3, 4, 5 ਕਿਆਰੇ ਰਹਿ ਗਏ, ਇਹਨਾਂ ਪਾਣੀ ਲਾਉਣੇ ਆ, ਫਿਰ ਕਰਨੇ ਪਾਣੀ ਬੰਦ, ਫਿਰ ਆਣੇ ਸਾਹਮਣੇ ਲੱਗੇ ਪਨ ਗੋਡੀ ਵਾਲੇ, ਇਹਨਾਂ ਨਹੀਂ ਆਣਨੇ ਰੋਟੀ, ਠੀਕ ਹੋ ਗਿਆ, ਅਤੇ ਚੈੱਕ ਕਰੋ ਸੁਬਹ ਨੇ ਮੈਂ ਤੱਕਣਾ ਪਾ, ਮੈਂ ਲਾਉਣਾ ਪਾ ਪਾਣੀ, ਅਤੇ ਪਰਿੰਦੇ ਆਏ ਪਨ ਆਪਣਾ ਕੀੜੇ ਮਕੌੜਾ ਚੋਣਨੇ, ਪਾਣੀ ਲੱਗਣਾ ਨਾ ਕੀੜਾ ਮਕੌੜਾ ਬਾਹਰ ਆਉਣਾ, ਇਹਨਾਂ ਚੋਣਗੇ ਇਹਨਾਂ, ਚੈੱਕ ਕਰੋ ਇਹਨਾਂ ਦੇ, ਔਰ ਫਿਰ ਇਹਨਾਂ ਆਪ ਖਾਣੇ ਵੀ ਨਹੀਂ ਪਏ, ਇਹਨਾਂ ਨੇ ਇਹਨਾਂ ਕੋਲ ਬੱਚੇ ਛੱਚੇ ਕੱਢੇ ਵੇ ਨੇ, ਇਹਨੂੰ ਨਾ ਮਰ ਗਏ ਨੇ, ਕਿਵੇਂ ਵਹਿਨੇ ਮੂੰਹ ਬਰਨੇ ਨੂੰ ਵਾਂਝ ਕੇ ਉਹਨਾਂ ਖਵਾ ਕੇ ਫਿਰ ਆ ਰਹੇ ਨੇ, ਫਿਰ ਬਰਨੇ ਮੂੰਹ ਫਿਰ ਵਾਂਝ ਖਵਾ ਨੇ, ਅੱਜ ਤੱਕ ਆਪ ਨਹੀਂ ਮੈਂ ਤਾਂ ਕਹਿੰਦਾ ਕੋਈ ਦਾਣਾ ਖਾ ਦੋ। ਨਾਲ ਹੀ ਨਾਲ ਪਰਿੰਦੇ ਇੰਜੋਏ ਪਾ ਕਰਨੇ, ਨਾਨੇ ਪੈਣ ਆਪਣੇ ਕੀੜੇ ਮਕੌੜੇ ਵੀ ਚੋਣਨੇ ਪੈਣ, ਅਤੇ ਕੀੜੇ ਮਕੌੜੇ ਵੀ ਖਾਣੇ ਪੈਣ, ਨਾਲ ਨਾਲ ਨਾਨੇ ਪੈਣ, ਫੁੱਲ ਇੰਜੋਏ ਪਾ ਕਰਨੇ ਗਰਮੀਆਂ, ਪਰਿੰਦੇ ਚੈੱਕ ਕਰ। ਅੱਛਾ ਜੀ, ਪਾਣੀ ਸਾਰਾ ਗਿਆ, ਫਿਨਿਸ਼ ਹੋ ਗਿਆ ਲੱਗਣਾ, ਇਹ ਤਾਂ ਦੋ ਪਾਣੀ ਦੇ ਹੀ ਹੋ ਗਿਆ। ਅੱਛਾ ਜੀ, ਪਾਣੀ ਲਾਉਣਾ ਹੋ ਗਿਆ ਫਿਨਿਸ਼ ਹੋ, ਅਤੇ ਹੁਣ ਤੁਸੀਂ ਦੁਕਾਨੇ ਟੁੱਟੀ ਲੈਂਦੇ, ਬਾਅਦ ਚੋਂ ਸੁਬਹ ਕਰਨੇ ਬਿਲਾਓ, ਅਤੇ ਉਹ ਟਟੀਰੀ ਵੀ ਆ ਗਈ, ਅੱਲਾ ਖੈਰ ਹੀ ਗਏ। ਯਾਰ ਸਬਰ ਕਾਰਨ ਬੱਚੀ ਤੱਕ ਸਾਨੂੰ ਕੀ ਲੜਨੀ ਹੈ, ਅੱਲਾ ਖੈਰ, ਉਹ ਇਹਦੇ ਹਮਲਾ ਕਰਨ ਦੇ ਆ ਗਏ ਨੇ, ਉਹ ਅੰਡੇ ਪਏ ਹੁਣ, ਅਜੇ ਬੱਚੇ ਕੋਈ ਨਹੀਂ ਨਿਕਲੇ, ਅਜੇ ਬੱਚੇ ਕੋਈ ਨਹੀਂ ਨਿਕਲੇ, ਪਰ ਮੈਂ ਉਹਨਾਂ ਤੱਕ ਨਾ ਅੰਡੇ ਫਿਰ ਹਮਲਾ ਕਰਨੇ ਤਾਂ ਆ ਗਈਆਂ, ਇੱਕਦਮ ਪੁੱਛਿਆ ਗੱਲਾਂ ਕਰਿਆ, ਅਤੇ ਅੱਜ ਨੇ ਵਲੋਗ ਕਰਨੀ ਇੱਥੇ, ਉਮੀਦ ਕਰਨਾ ਸਾਰੇ ਭਰਾਵਾਂ ਮੇਰਾ ਵਲੋਗ ਪਸੰਦ ਆਇਆ, ਤੁਸੀਂ ਮਿਲਣਾ ਇੱਕ ਨਾ ਇਹਨਾਂ ਵਲੋਗ ਨਾਲ, ਅਗਰ ਤੁਸੀਂ ਮੇਰੇ ਚੈਨਲ 'ਤੇ ਨਹੀਂ ਹੋ ਮੇਰੇ ਚੈਨਲ ਲਾਈਕ ਸਬਸਕ੍ਰਾਈਬ ਅਤੇ ਬੈਲ ਆਈਕਨ ਦਬਾਉਣਾ ਨਾ ਭੁੱਲ, ਮਿਲਣਾ ਇੱਕ ਨਈ ਵੀਡੀਓ ਨਾਲ, ਹਾਫਿਜ਼।